ਸ਼੍ਰੀ ਮੁਕਤਸਰ ਸਾਹਿਬ ਦੇ ਪਾਵਰ ਪਲਾਂਟ ਸਟੋਰ ਦੇ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਜਿਸ ਦੇ ਵਿਰੋਧ ਦੇ ਵਿੱਚ ਮੁਲਾਜ਼ਮ 3 ਦਿਨਾਂ ਤੋਂ ਕੜਾਕੇ ਦੀ ਠੰਡ ਦੇ ਵਿੱਚ ਹੜਤਾਲ ਤੇ ਬੈਠੇ ਹੋਏ ਨੇ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਮੁਲਾਜ਼ਮਾਂ ਨੂੰ ਸਮਰਥਨ ਦਿੱਤਾ। ਪ੍ਰਦਰਸ਼ਨਕਾਰੀਆਂ ਮੁਤਾਬਕ ਕੁਝ ਮਹੀਨੇ ਪਹਿਲਾਂ ਵਿਭਾਗ ਦੇ ਇੱਕ ਮੁਲਾਜ਼ਮ ਨੇ ਕੁਝ ਸਮਾਨ ਚੋਰੀ ਕੀਤਾ ਸੀ, ਜਿਸ ਤੋਂ ਬਾਅਦ ਉਕਤ ਮੁਲਾਜ਼ਮ ਨੂੰ ਬੰਦ ਦੀ ਸਜ਼ਾ ਦਿੱਤੀ ਗਈ, ਲੇਕਿਨ ਵਿਭਾਗ ਦੇ ਵੱਲੋਂ ਉਸ ਦੇ ਨਾਲ ਨਾਲ 3 ਹੋਰ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਤਬਾਦਲੇ ਦੇ ਨਾਂ ਤੇ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਦਾ ਕੋਈ ਵੀ ਅਧਿਕਾਰੀ ਉਹਨਾਂ ਦੇ ਨਾਲ ਗੱਲ ਨਹੀਂ ਕਰ ਰਿਹਾ। ਇਨਸਾਫ ਦੀ ਮੰਗ ਕਰਦਿਆਂ ਆਗੂਆਂ ਨੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਬੇਕਸੂਰ ਠੇਕਾ ਆਧਾਰਿਤ ਮੁਲਾਜ਼ਮਾਂ ਖਿਲਾਫ਼ ਲਿਆ ਗਿਆ ਫੈਸਲਾ ਵਾਪਸ ਲਿਆ ਜਾਵੇ। ਮੇਰਾ ਨਾਂ ਕੇਸਰ ਸਿੰਘ ਹੈ ਜੀ, ਪਾਵਰ ਕੌਮ ਟਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸਰਕਲ ਪ੍ਰਧਾਨ ਕੇਸਰ ਸਿੰਘ, ਅਤੇ ਅੱਜ ਅਸੀਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠਾਂ ਸਾਥੀ ਸਟੋਰ ਵਾਲੇ ਸਾਥੀਆਂ ਦੀ ਹਮਾਇਤ 'ਤੇ ਸਾਨੂੰ 3ਜਾ ਦਿਨ ਹੋ ਗਿਆ ਇਹਨਾਂ ਦੇ ਆਉਂਦਿਆਂ ਨੂੰ। ਅਤੇ ਇੱਥੇ ਤੁਸੀਂ ਕਾਹ ਤੋਂ ਇਕੱਠੇ ਹੁੰਦੇ ਹੋ ਰੋਜ਼? ਇਹ ਸਾਡੇ ਸਾਥੀ ਹੈ, ਜਿਵੇਂ ਦੇਖੋ ਵੀ ਸਰਕਾਰਾਂ ਅਤੇ ਕੋਪਰੇਟ ਘਰਾਣਿਆਂ ਦੀ ਹਮੇਸ਼ਾ ਸੋਚ ਇਹੀ ਰਹੀ ਹੈ ਵੀ ਚਾਹੇ ਮਜ਼ਦੂਰ ਵਰਗ ਨੂੰ ਦਬਾਉਣ ਦੀ, ਲੇਬਰ ਵਰਗ ਨੂੰ ਦਬਾਉਣ ਦੀ। ਸਾਡੇ ਸਾਥੀ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਜੀ, 3 ਸਾਥੀਆਂ ਨੂੰ ਸਟੋਰ 'ਚੋਂ ਕੱਢਣ ਦਾ ਜਿਹੜਾ ਦਿੱਤਾ ਗਿਆ ਸੀਗਾ, ਉਹਦੇ ਕਾਰਨ ਅਸੀਂ ਧਰਨਾ ਲਾਇਆ। ਅਤੇ ਇਹਦਾ ਕਾਰਨ ਇਹੀ ਸੀਗਾ ਕਿ ਦੂਜਾ ਵੀ ਇਹਨਾਂ ਸਾਥੀਆਂ ਤੋਂ ਕੋਈ ਅੱਜ 9 ਮਹੀਨੇ ਪਹਿਲਾਂ ਇੱਕ ਟਰੱਕ ਫੜਿਆ ਗਿਆ ਸੀਗਾ, ਦੂਜਾ ਸਮਾਨ ਦਾ ਚੋਰੀ ਦਾ। ਜਿਹੜੇ ਸਾਥੀ ਫੜੇ ਗਏ ਸੀ ਟਰੱਕ ਦੇ ਵਿੱਚ ਸੀ, ਉਹ ਸਾਰੇ ਟਰਮੀਨੇਟ ਕਰਤੇ, ਉਹ ਬਾਹਰ ਕਰਤੇ ਸੀ ਇਹਨਾਂ ਨੇ। ਹਾਲਾਂਕਿ ਉਹ ਬਹਾਲ ਵੀ ਹੋ ਗਏ, ਉਹ ਨੌਕਰੀਆਂ 'ਤੇ ਆ ਗਏ 9 ਮਹੀਨਿਆਂ ਬਾਅਦ, ਜਿਨ੍ਹਾਂ ਦਾ ਕਸੂਰ ਨਹੀਂ ਸੀ ਸਾਥੀਆਂ ਦਾ, ਜਿਹੜੇ ਵਿੱਚ ਇਨਵੋਲਵ ਵੀ ਨਹੀਂ ਸੀਗੇ, ਉਹਨਾਂ ਨੂੰ ਅੱਜ ਬਾਹਰ ਕੱਢਣ ਦਾ ਰਸਤਾ ਦਿਖਾਈ ਜਾਂਦੀ ਹੈ ਸਰਕਾਰ ਅਤੇ ਮੈਨੇਜਮੈਂਟ ਵੀ ਇਹਨਾਂ ਨੂੰ ਬਾਹਰ ਕੱਢੋ। ਇਹਨਾਂ ਦਾ ਦੱਸੋ ਵੀ ਕੀ ਕਸੂਰ ਹੈ ਜਿਹੜਾ 8-8 ਹਜ਼ਾਰ ਤਨਖਾਹ 'ਤੇ ਕੰਮ ਕਰ ਰਹੇ, ਨਿਰਗੁਣੀਆਂ ਤਨਖਾਹ 'ਤੇ, ਹੁਣ ਜਾਣ ਕਿੱਧਰ ਇਹ? ਇਹ ਸਾਥੀਆਂ ਨੂੰ ਬਹਾਲ ਕਰਾਉਣ ਲਈ ਅਸੀਂ ਇੱਥੇ ਧਰਨਾ ਸਾਡਾ ਅੱਜ 3ਜੇ ਦਿਨ ਜਾਰੀ ਰਿਹਾ। ਹੁਣ ਤੱਕ ਤੁਹਾਡੇ ਕਿਸੇ ਵਿਭਾਗੀ ਅਧਿਕਾਰੀ ਨਾਲ ਜਾਂ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ? ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਜੀ, ਕਿਉਂਕਿ ਪਤਾ ਹੀ ਹੈ ਤੁਹਾਨੂੰ ਵੀ ਮਜ਼ਦੂਰ ਵਰਗ ਨਾਲ ਕੌਣ ਛੇਤੀ ਗੱਲਾਂ ਕਰਦਾ, ਚਾਹੇ ਸਰਕਾਰਾਂ ਹੋਣ ਚਾਹੇ ਅਧਿਕਾਰੀ ਹੋਣ, ਐਡੀ ਛੇਤੀ ਕੋਈ ਗੱਲ ਨਹੀਂ ਕਰਦਾ। ਸਾਨੂੰ 3ਜਾ ਦਿਨ ਹੋ ਗਿਆ, ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ। ਜੇਕਰ ਇਹ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੋਵੇਗਾ? ਅਸੀਂ ਤਿੱਖਾ ਸੰਘਰਸ਼ ਕਰਾਂਗੇ, ਸਾਨੂੰ ਮਜਬੂਰਨ ਭਰਾਤਰੀ ਜਥੇਬੰਦੀਆਂ ਸਾਰੀਆਂ ਹੋਰ ਸੱਦ ਕੇ ਇੱਥੇ ਸਿੱਖਾ ਸੰਘਰਸ਼ ਕਰਨਾ ਪਵੇਗਾ। ਚਾਹੇ ਸਟੋਰ ਦਾ ਗੇਟ ਬੰਦ ਕਰੀਏ, ਅਸੀਂ ਪ੍ਰੋਪਰ ਹੀ ਤੌਰ 'ਤੇ ਬੰਦ ਕਰ ਦਿਆਂਗੇ। ਹੁਣ ਜਿੰਨੇ ਦਿਨ ਭਾਵੇਂ 1 ਦਿਨ ਲਈ ਹੋਵੇ, ਭਾਵੇਂ ਹਫ਼ਤਾ ਹੋਵੇ, ਜਿੰਨਾ ਚਿਕਰ ਸਾਥੀ ਫਿਰ ਸਾਡੇ ਬਹਾਲ ਨਾ ਹੋਣਗੇ ਉਨਾ ਚਿਕਰ ਅਸੀਂ ਬੰਦ ਹੀ ਕਰਾਂਗੇ। ਹਾਂਜੀ ਪ੍ਰਧਾਨ ਜੀ, ਤੁਹਾਡਾ ਕੀ ਨਾਮ ਹੈ ਜੀ ਅਤੇ ਕਿਹੜੀ ਜਥੇਬੰਦੀ ਹੈ? ਅਸੀਂ ਸਟੋਰ ਦੇ ਵਰਕਰ ਸਾਥੀ ਹਾਂ, ਅਤੇ ਸਾਨੂੰ 8-10 ਸਾਲ ਤੋਂ ਅਸੀਂ ਸਟੋਰ ਦੇ ਵਿੱਚ ਕੰਮ ਕਰਦੇ ਹਾਂ ਜੀ, ਅਤੇ ਸਾਡੇ 'ਤੇ ਇੱਕ ਝੂਠਾ ਇਲਜ਼ਾਮ ਲਾ ਰਹੇ ਆ ਜੀ, ਜੋ ਇੱਥੇ FIR ਹੋਈ ਸੀ ਪਹਿਲਾਂ, ਅਤੇ ਉਸ ਵਿੱਚ ਸਾਡਾ ਕਿਤੇ ਨਾਂ ਨਹੀਂ, ਠੀਕ ਹੈ ਜੀ। ਅਤੇ ਸਾਡੀ ਇਹੀ ਬੇਨਤੀ ਆ ਵੀ ਸਾਨੂੰ ਉਸੇ ਕੰਮ 'ਤੇ ਦੁਬਾਰਾ ਰੱਖਿਆ ਜਾਵੇ। ਸਾਡੇ ਬੱਚੇ ਬੈਠੇ ਆ ਜੀ ਆਏ ਨਾਲ ਧਰਨੇ 'ਤੇ, ਅਤੇ ਜੇ ਇਹ ਸਾਡੀ ਕੋਈ ਵੀ ਗੱਲਬਾਤ ਨਾ ਸੁਣਨਗੇ ਜੀ ਤਾਂ ਅਸੀਂ ਇੱਥੇ ਹੀ ਬੈਠੇ ਰਹਾਂਗੇ। ਜੇਕਰ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੋਊਗਾ? ਅਗਲਾ ਪ੍ਰੋਗਰਾਮ ਜੋ ਸਾਡੀ ਕਮੇਟੀ ਦਾ ਫੈਸਲਾ ਹੋਊਗਾ ਜੀ, ਅਸੀਂ ਵੱਡਾ ਅਤੇ ਤਿੱਖਾ ਸੰਘਰਸ਼ ਕਰਾਂਗੇ। ਹਾਂਜੀ ਪ੍ਰਧਾਨ ਜੀ, ਕੀ ਨਾਮ ਹੈ ਜੀ ਅਤੇ ਕਿਹੜੀ ਜਥੇਬੰਦੀ ਹੈ ਤੁਹਾਡੀ? ਮੇਰਾ ਨਾਮ ਮੇਜਰ ਸਿੰਘ ਹੈ ਜੀ, CHBM ਹੈ ਜੀ, ਅਤੇ ਸਾਡੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿਹੜਾ ਹੈਗਾ ਉਹਦੇ ਵਿੱਚ ਜਥੇਬੰਦੀ ਹੈ ਸਾਡੀ ਜੀ, ਪਾਵਰ ਕੌਮ ਟਰਾਂਸਪੋਰਟ ਠੇਕਾ ਮੁਲਾਜ਼ਮ ਜੀ। ਅੱਜ ਇੱਥੇ ਕਾਹਤੋਂ ਇਕੱਠੇ ਹੋਏ ਜੀ ਤੁਸੀਂ? ਅਸੀਂ ਸਾਡੇ ਸਾਥੀ ਹੈ ਜਥੇਬੰਦੀ ਹੈ ਸਾਡੀ ਜਿਹੜੀ ਸਟੋਰ ਵਾਲੀ ਜੀ, ਇਹ ਸਾਥੀਆਂ 'ਤੇ ਜ਼ੁਲਮ ਹੋ ਰਿਹਾ ਸੀ। ਜਿਹੜੇ ਸਾਡੇ 3 ਸਾਥੀ ਹੈ ਜੀ ਇੱਥੇ ਸਟੋਰ ਦੇ ਵਿੱਚ ਲਗਾਤਾਰ 10-12 ਸਾਲ ਤੋਂ ਕੰਮ ਕਰਦੇ ਸੀ, ਇਹਨਾਂ ਨੇ ਜਿਹੜਾ ਪਿਛਲੇ 8-9 ਮਹੀਨਿਆਂ ਨੂੰ ਇੱਕ ਇੱਥੇ ਸਟੋਰ ਦੇ ਵਿੱਚ ਘਟਨਾ ਵਾਪਰੀ ਸੀ, ਜਿਹੜਾ ਸਮਾਨ ਦਾ ਕੋਈ ਹੋਰ ਵਰਦ ਹੋਇਆ ਸੀ।
ਉਹਨਾਂ ਵਿੱਚ ਇਹ ਸਾਥੀਆਂ ਦਾ ਕੋਈ ਰੋਲ ਨਹੀਂ ਸੀਗਾ। ਜਿਹੜੇ ਬੰਦੇ ਮੁਲਾਜ਼ਮ ਸਰਕਾਰੀ ਸੀਗੇ ਵਿੱਚ, ਉਹਨਾਂ 'ਤੇ FIR ਕੱਟੀ ਗਈ ਸੀ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਮਹਿਕਮੇ ਦੁਆਰਾ। ਪਰ ਅੱਜ 8-9 ਮਹੀਨਿਆਂ ਦੇ ਬਾਵਜੂਦ ਵੀ ਇਹ ਜਿਹੜੇ ਪ੍ਰਾਈਵੇਟ ਮੁਲਾਜ਼ਮ ਆ ਜਿਹੜੇ ਠੇਕੇ ਵਾਲੇ, ਇਹ ਇਹਨਾਂ ਨੂੰ ਸਰਕਾਰ ਨੇ ਕੱਢਣ ਦੀ ਨੀਤੀ ਬਣਾ ਲਈ ਹੈ। ਅਸੀਂ ਇਸ ਕਰਕੇ ਵੀ ਸਰਕਾਰ ਦਾ ਵਿਰੋਧ ਕਰਦੇ ਹਾਂ ਵੀ ਜਿਹੜੇ ਵਿਚਾਰੇ ਜਿਨ੍ਹਾਂ ਦਾ ਵਿੱਚ ਇਸ FIR ਦੇ ਵਿੱਚ ਨਾਂ ਨਹੀਂ ਸੀ, ਉਹ ਬਿਲਕੁਲ ਨਿਰਦੋਸ਼ ਹੈ। ਇਹਨਾਂ ਨੂੰ ਸਟੋਰ ਦੇ ਵਿੱਚੋਂ ਨਾ ਕੱਢਿਆ ਜਾਵੇ। ਜਿਹੜੇ ਆਪਦੇ ਛੋਟੇ ਛੋਟੇ ਬੱਚਿਆਂ ਦਾ ਰੁਜ਼ਗਾਰ ਪਾਲ ਰਹੇ ਸੀ, 10-12 ਸਾਲਾਂ ਤੋਂ ਲਗਾਤਾਰ ਸਟੋਰ ਦੇ ਵਿੱਚ ਇਹ ਸੇਵਾ ਨਿਭਾ ਰਹੇ ਸੀ, ਹੁਣ ਇਹ ਵਿਚਾਰੇ ਜਾਣ ਕਿਹੜੇ ਪਾਸੇ ਜਾਣ ਜੀ। ਪਰ ਇਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ, ਅਸੀਂ ਇਹਨਾਂ ਦਾ ਬਰਦਾਸ਼ਤ ਨਹੀਂ ਕਰਨ ਦੇਵਾਂਗੇ। ਅਸੀਂ ਜਿੰਨਾ ਚਿਰ ਸਾਥੀ ਬਹਾਲ ਨਹੀਂ ਹੁੰਦੇ, ਅਸੀਂ ਉਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ ਅਸੀਂ।